ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੋ ਵੀਡੀਓ ਵੇਖੀਆਂ, ਇੱਕ ਤਾਂ ਅੰਮ੍ਰਿਤਪਾਲ ਦੇ ਸਤਿਕਾਰਯੋਗ ਮਾਤਾ ਜੀ, ਇੱਕ ਉਹਨਾਂ ਦੇ ਵਕੀਲ ਦੀ। ਦੋਨੋਂ ਵੀਡੀਓਆਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਸੀ, ਕੋਈ ਗੱਲਬਾਤ ਸੀ। ਚਲੋ ਮੈਂ ਜਿਹੜੀ ਗੱਲਬਾਤ ਕਰਨੀ ਹੈ ਥੋੜ੍ਹਾ ਜਿਹਾ ਧਿਆਨ ਦੇ ਨਾਲ ਸੁਣ ਲਿਓ। ਸਭ ਤੋਂ ਪਹਿਲਾਂ ਤਾਂ ਜਿਹੜੇ ਪੰਜਾਬ ਦੇ ਸੁਹਿਰਦ ਲੋਕ ਨੇ, ਸਾਡੀ ਕੌਮ ਦੇ ਵਿੱਚ ਨੇ, ਜਾਂ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਮੈਂ ਇਹਨਾਂ ਲੂੰਬੜਾਂ ਦੇ ਨਾਲ, ਭਾਵੇਂ ਅੰਮ੍ਰਿਤਪਾਲ ਹੋਵੇ, ਭਾਵੇਂ ਦੀਪ ਸਿੱਧੂ ਹੋਵੇ, ਜਾਂ ਖਾਲਿਸਤਾਨੀ ਮਾਨ ਵਰਗੇ, ਪੰਨੂ ਵਰਗੇ ਹੋਣ, ਇਹਨਾਂ ਦੇ ਨਾਲ ਅਸੀਂ ਸਹਿਮਤ ਨਹੀਂ। ਇਹਨਾਂ ਦਾ ਡਟ ਕੇ ਪਹਿਲਾਂ ਵੀ ਵਿਰੋਧ ਕੀਤਾ, ਹੁਣ ਵੀ ਵਿਰੋਧ ਵਿੱਚ ਹਾਂ। ਇਹ ਸਾਫ ਕਰ ਦਿੰਦੇ ਹਾਂ, ਕਿਉਂਕਿ ਗਾਲਾਂ ਗੂਲਾਂ ਦੇਣ ਵਾਲਿਆਂ ਨੂੰ ਸ਼ੱਕ ਨਾ ਰਹੇ ਵੀ ਗਾਲ ਕੱਢਣੀ ਹੈ ਕਿ ਨਹੀਂ ਕੱਢਣੀ ਹੈ। ਕਈ ਵਾਰੀ ਬੰਦੇ ਨੂੰ ਹੁੰਦਾ ਭੁਲੇਖਾ ਜਿਹਾ। ਅਸੀਂ ਸਖ਼ਤ ਵਿਰੋਧੀ ਹਾਂ। ਹੁਣ ਸੁਣਿਓ ਗੱਲ, ਜਿਹੜੀ ਡਿਬਰੂਗੜ੍ਹ ਜੇਲ੍ਹ 'ਚੋਂ ਰਿਪੋਰਟ ਆਈ ਹੈ ਵੀਡੀਓ ਰਾਹੀਂ, ਉਹਦੀ ਮਾਤਾ ਨੇ ਦੱਸੀ ਜਾਂ ਵਕੀਲ ਨੇ ਦੱਸੀ, ਮੈਂ ਉਹ ਗੱਲ ਕਰਨੀ ਹੈ। ਕਹਿੰਦੇ ਜੀ ਅੰਮ੍ਰਿਤਪਾਲ ਭਾਈ ਸਾਹਿਬ ਮੁਲਾਕਾਤ 'ਤੇ ਚੱਲੇ ਸੀ, ਬਾਅਦ ਦੇ ਵਿੱਚ ਕਹਿੰਦੇ ਕੋਈ ਉੱਥੇ ਕੈਮਰੇ ਕੁਮਰੇ ਲਾਉਣ ਵਾਸਤੇ, ਬੱਲਬ ਚੇਂਜ ਕਰਨ ਵਾਸਤੇ ਆ ਗਿਆ ਮਕੈਨਿਕ, ਜਾਣੀ ਕਿ ਬਿਜਲੀ ਮਕੈਨਿਕ। ਉਹਨਾਂ ਨੇ ਕਹਿੰਦੇ ਕੈਮਰੇ ਲਾ ਦਿੱਤੇ, ਬਾਅਦ ਵਿੱਚ ਭਾਈ ਸਾਹਿਬ ਨੇ ਕੈਮਰੇ ਉਹ ਫੜ ਲਏ, ਬਾਥਰੂਮਾਂ ਵਿੱਚ ਲੱਗੇ ਸੀ ਕਿ ਸਾਡੀ ਕੋਈ ਪ੍ਰਾਈਵੇਸੀ ਨਾ ਰਹਿ ਜੇ, ਅਸੀਂ ਕੀ ਗੱਲ ਕਰਦੇ ਹਾਂ ਉਹ ਗੌਰਮੈਂਟ ਸੁਣੇ, ਇੱਦਾਂ ਕਰਕੇ ਕੋਈ ਗੱਲਬਾਤ ਹੋਈ। ਫਿਰ ਕਹਿੰਦੇ ਜਿਹੜੇ ਭਾਈ ਸਾਹਿਬ ਦੇ ਨਾਲ ਹੋਰ ਸੂਰਮੇ ਸੀ, ਉਹਨਾਂ ਨੇ ਕਹਿੰਦੇ ਭੁੱਖ ਹੜਤਾਲ ਕਰਤੀ। ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਵੀ ਜਿਹੜੇ ਬੰਦੇ ਅਜਨਾਲੇ ਥਾਣੇ 'ਤੇ ਜਾ ਕੇ ਹਥਿਆਰਾਂ ਨਾਲ ਲੈਸ ਹੋ ਕੇ ਕਬਜ਼ਾ ਕਰਦੇ ਸੀ, ਸਿਰ ਪਾੜਦੇ ਸੀ ਪੁਲਿਸ ਦਾ, ਜਿਹੜੇ ਕਹਿੰਦੇ ਸੀ ਸਾਡੀ ਹਥਿਆਰਾਂ ਦੀ ਜੰਗ ਹੈ, ਉਹਨਾਂ ਕੋਲ ਗਾਂਧੀਗਿਰੀ ਕਿੱਦਾਂ ਆ ਗਈ? ਗਾਂਧੀ ਦੇ ਪੁਜਾਰੀ ਕਿੱਦਾਂ ਬਣ ਗਏ ਚਰਖਾ ਕੱਤਣ ਵਾਲੇ? ਸਭ ਤੋਂ ਵੱਡਾ ਤਾਂ ਇਹ ਸਵਾਲ ਹੈ। ਜਿਵੇਂ ਅਜਨਾਲੇ ਥਾਣੇ ਜਾ ਕੇ ਕਿਹਾ ਸੀ ਅਸੀਂ ਸੋਧਾ ਲਾ ਦਿੰਦੇ ਹਾਂ, ਅਤੇ ਫਿਰ ਉੱਥੇ ਵੀ ਜੇਲ੍ਹ ਨੂੰ ਢਾਲ ਨੂੰ ਖੂਨ ਫੜ ਕੇ, ਜੇਲਰ ਨੂੰ ਉੱਥੇ ਵੀ ਕੁੱਟੋ ਫੜ ਕੇ ਗੋਲੀ ਗਾਲੀ ਮਾਰੋ, ਉਹਨਾਂ ਤੋਂ ਖੋਲੋ ਹੋਰ ਨਹੀਂ ਤਾਂ, ਜੇ ਵੱਡੇ ਸੂਰਮੇ ਹੋ ਹੁਣ ਡਾਂਟ ਕਿਉਂ ਪੈਂਦਾ? ਭੁੱਖ ਹੜਤਾਲ ਕਰਤੀ। ਮੈਂ ਬੇਨਤੀ ਕਰਦਾ ਜੇ ਡਿਬਰੂਗੜ੍ਹ ਦਾ ਕੋਈ ਪ੍ਰਸ਼ਾਸਨ ਜਾਂ ਕੋਈ ਮੁਲਾਜ਼ਮ ਸੁਣਦਾ ਹੋਵੇ ਨਾ, ਜਦੋਂ ਖੁੱਡੇ ਨੂੰ ਲੱਗੀ ਨਾ ਆਪੇ ਖਾਣਗੇ ਭੁੱਖੇ ਮਰਦੇ। ਇਹ ਓਡੇ ਵੱਡੇ ਸੂਰਮੇ ਨੇ ਜਿਹੜੇ ਸਮਝਾਈ ਜਾਂਦੇ ਲੋਕਾਂ ਨੂੰ, ਜਿਹੜੇ ਲੋਕਾਂ ਨੂੰ ਬੇਕੂਫ ਬਣਾਉਂਦੇ। ਇਹ ਲੂੰਬੜ ਨੇ ਸਿਰੇ ਦੇ, ਕੌਮ ਦਾ ਮਲੀਆ ਮੇਟ ਕੀਤਾ ਇਹਨਾਂ ਨੇ, ਕੌਮ ਦੇ ਨਾਂ 'ਤੇ ਜਿਹੜੀ ਅਸਲੀਅਤ ਸੀ ਉਹਨੂੰ ਬਰਬਾਦ ਕੀਤਾ, ਡੁਪਲੀਕੇਟ ਜਿਹੜਾ ਫੇਕ ਸੀ ਉਹ ਇਹ ਪ੍ਰਚਾਰ ਕਰਦੇ ਨੇ, ਇਹ ਉਹ ਨੇ। ਮੈਨੂੰ ਤਾਂ ਅੰਮ੍ਰਿਤਪਾਲ ਦੀ ਮਾਤਾ ਦੀ ਹੈਰਾਨਗੀ ਹੁੰਦੀ ਹੈ ਗੱਲ ਸੁਣ ਕੇ, ਭਾਈ ਸਾਹਿਬ ਉਹ ਮਾਤਾ ਮੇਰੀ ਹੈ, ਤੇਰਾ ਪੁੱਤ ਹੈ ਉਹ, ਤੇਰਾ ਭਾਈ ਨਹੀਂ ਹੈਗਾ, ਉਹ ਤੇਰਾ ਉਹ ਪੁੱਤ ਹੈ, ਤੂੰ ਜੰਮਿਆ ਆਪਣੇ ਢਿੱਡੋਂ, ਭਾਈ ਸਾਹਿਬ ਤੂੰ ਨਾ ਕਹਿ। ਹੁਣ ਇੱਕ ਹੋਰ ਬੇਨਤੀ ਕਰਨੀ ਹੈ, ਇਹ ਉਹੀ ਸੂਰਮੇ ਨੇ ਜਿਹੜੇ ਕਿਸੇ ਨੂੰ ਕੁੱਟਦੇ ਸੀ ਫੜ ਕੇ, ਕਿਸੇ ਨੂੰ ਧਮਕੀਆਂ ਦਿੰਦੇ ਸੀ, ਕਿਤੇ ਸੰਤ ਨੈਲ ਸਿੰਘ ਦੀ ਗੱਲ ਕਰਦੇ ਸੀ, ਕਿਤੇ ਕਿਸੇ ਦੀ, ਇਹ ਜਾਣੀ ਕਿ ਉਹ ਸੂਰਮੇ ਨੇ। ਹੁਣ ਜਿਹੜੀ ਇਹਨੇ ਗੱਲ ਕਹੀ ਹੈ ਨਾ ਕਿ ਸਾਡੇ ਬੈਰਕ ਦੇ ਵਿੱਚ ਕੈਮਰਾ ਲਾਉਣ ਵਾਸਤੇ ਆਏ ਸੀ, ਇੱਕ ਬੇਨਤੀ ਕਰਨੀ ਹੈ, ਤੁਸੀਂ ਆਪਣੀ ਭੂਆ ਦੇ ਕੋਲ ਜਾਂ ਆਪਣੀ ਮਾਸੀ ਦੇ ਕੋਲ ਨਹੀਂ ਰਹਿੰਦੇ, ਜੇਲ੍ਹ ਵਿੱਚ ਰਹਿੰਦੇ ਹੋ, ਉੱਥੇ ਪ੍ਰਸ਼ਾਸਨ ਦੀ ਮਰਜ਼ੀ ਹੈ ਤੁਹਾਨੂੰ ਬੈਰਕ ਦੇ ਵਿੱਚ ਰੱਖੇ, ਤੁਹਾਡੇ 'ਤੇ ਕੈਮਰਾ ਚਲਾ ਸਕਦੇ ਨੇ ਉਹ,
ਤੁਹਾਡੀ ਪ੍ਰਾਈਵੇਸੀ ਉੱਥੇ ਨਹੀਂ ਰਹਿ ਸਕਦੀ। ਅਗਲਾ ਤਾਂ ਫਰੋਲੂਗਾ ਜਿਹੜੀ ਤੁਹਾਡੀ ਬਿਆਨਬਾਜ਼ੀ ਆ ਰਹੀ ਹੈ, ਜਿਹੜੀ ਤੁਸੀਂ ਗੁੰਡਾਗਰਦੀ ਕਰਕੇ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਹੋ, ਕੌਮ ਨੂੰ ਭੁੰਮਣ ਭੁੱਸੇ ਵਿੱਚ ਪਾ ਰਹੇ ਹੋ, ਕੌਮ ਦਾ ਮਲੀਆ ਮੇਟ ਕਰ ਰਹੇ ਹੋ, ਗੌਰਮੈਂਟ ਤਾਂ ਤੁਹਾਡੀ ਪ੍ਰਾਈਵੇਸੀ ਦੇਖੂਗਾ ਵੀ ਤੁਸੀਂ ਅੰਦਰ ਕੀ ਗੱਲਬਾਤ ਕਰਦੇ ਹੋ, ਤੁਹਾਡਾ ਕੀ ਪਤਾ। ਫੋਨ ਲਾ ਕੇ ਕਿਸੇ ਨੂੰ ਕਹਿ ਦਿਓ ਕੋਈ ਬੰਦਾ ਮਾਰ ਦਿਓ, ਕਿਤੇ ਫਿਰੌਤੀ ਲਈ ਤੁਹਾਡਾ ਤਵਾਰੀ ਥੋੜ੍ਹੀ ਥੋੜ੍ਹੀ ਕੋਈ ਥੋੜ੍ਹੀ ਹੈ ਤੁਹਾਡੀ ਕੋਈ, ਤੁਸੀਂ ਕੁਛ ਵੀ ਕਰ ਸਕਦੇ ਹੋ। ਕੁੱਤੇ ਦੀ ਪੂਛ ਸਿੱਧੀ ਹੋ ਸਕਦੀ ਹੈ, ਤੁਹਾਡੀ ਜਿਹੜੀ ਆਕੜ ਹੈ ਉਹ ਤਾਂ ਉੱਨੀ ਬਰਕਰਾਰ ਰਹਿਣੀ ਹੈ ਜਿਹੜੀ ਤੁਹਾਡੀ ਲੂੰਬੜ ਬਿਰਤੀ ਹੈ। ਮੈਂ ਇੱਕ ਬੇਨਤੀ ਕਰਨੀ ਹੈ, ਥੋੜ੍ਹਾ ਜਿਹਾ ਧਿਆਨ ਨਾਲ ਸੁਣਿਓ। ਜਿਹੜੇ ਬੰਦੇ ਅੱਜ ਵੀ ਨਾ ਹਲਾ ਲਾਲਾ ਕਰਦੇ ਨੇ, ਇਹ ਪੰਜਾਬੀ ਦੇ ਵਿੱਚ ਅਨਪੜ੍ਹ ਜਿਹੇ ਲੋਕ ਕਹਿੰਦੇ ਹੁੰਦੇ ਆ, ਅਤੇ ਉਹ ਪਤਾ ਕੌਣ ਨੇ ਜਿਹੜੇ ਇਹਨਾਂ ਦੇ ਨਾਂ 'ਤੇ ਪੈਸੇ ਵਗੈਰਾ ਕਮਾਉਂਦੇ ਸੀ। ਇੱਕ ਉਹ ਲੂੰਬੜ ਜਿਹਾ ਬੈਠਾ ਅਮੈਰੀਕਾ ਵਿੱਚ ਬਘੇਲਾ, ਉਹ ਹੁਣ ਸਿੱਧੂ ਕਹਿੰਦਾ ਸੀ, ਦੀਪ ਕਹਿੰਦਾ ਸੀ ਕਿਸਾਨਾਂ ਨੂੰ, ਗੱਲ ਨਹੀਂ ਮੰਨੀ, ਹੁਣ ਖਾਓ ਛਿੱਤਰ, ਜਾਣੀ ਕਿ ਦੁਬਾਰਾ ਫੇਰ ਫੰਡਿੰਗ ਦੀ ਲੋੜ ਹੈ। ਹੁਣ ਪੈਸੇ ਪੁਸੇ ਮੁੱਕੇ ਹੋਣੇ ਆ, ਹੁਣ ਜਾਣੀ ਕਿ ਇਹਨਾਂ ਦਾ ਨਾਂ ਫੇਰ ਖਬਰਾਂ ਖੁਬਰਾਂ ਚਲਾਓ, ਅਤੇ ਫਿਰ ਜਿਹੜੇ ਸਾਡੇ ਅੰਨੀ ਸ਼ਰਧਾ ਵਾਲੇ ਬੈਠੇ ਨੇ ਫੋਰਨ ਕੰਟਰੀਆਂ ਵਿੱਚ, ਅਤੇ ਉਹਨਾਂ ਨੇ ਕਰ ਹੀ ਦੇਣਾ ਹੁੰਦਾ ਕੰਮ। ਜਾਣੀ ਕਿ ਹੁਣ ਡਿਬਰੂਗੜ੍ਹ ਦੇ ਵਿੱਚ ਮੁਸੀਬਤ ਪਈ ਹੋਈ ਹੈ, ਉੱਦਾਂ ਮਾਮੇ ਬਣ ਕੇ ਸਿੱਧੂ ਮੂਸੇਵਾਲੇ ਦੇ ਗਾਣੇ ਚਲਾਉਂਦੇ ਸੀ, ਟਿਕਟਕ ਬਣਾਉਂਦੇ ਸੀ, ਮੁਸੀਬਤਾਂ ਮਰਦਾਂ 'ਤੇ ਪੈਂਦੀ ਰਹਿੰਦੀ ਹੈ। ਹੁਣ ਮੁਸੀਬਤ ਕਾਹਦੀ ਪਈ ਹੈ ਵੀ, ਹੁਣ ਭੁੱਖ ਹੜਤਾਲ ਕਰਤੀ। ਅੱਛਾ, ਤੁਹਾਡੀਆਂ ਬੈਰਕਾਂ ਵਿੱਚ ਪੁਲਿਸ ਜਾਵੇ ਨਾ, ਤੁਹਾਨੂੰ ਜਵਾਈ ਬਣਾ ਕੇ ਰੱਖੇ, ਉੱਥੇ ਪ੍ਰਾਹੁਣੇ ਬਣਾ ਕੇ ਰੱਖੇ, ਤੁਹਾਨੂੰ ਕੀ ਗੱਲ ਬਈ, ਤੁਹਾਡੇ ਛੇਤਰ ਫਿਰਨ ਰੋਜ਼ ਉੱਥੇ, ਜਿਹੜਾ ਤੁਸੀਂ ਇੱਥੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਗਲਤ ਰਸਤੇ 'ਤੇ ਪਾਇਆ ਸੀ। ਹਜੇ ਤਾਂ ਭਲਾ ਹੋਵੇ ਗੌਰਮੈਂਟ ਦਾ ਜਾਂ ਪੁਲਿਸ ਦਾ ਜਿਹੜਾ ਮੌਕੇ 'ਤੇ ਗੌਰ ਕਰਕੇ ਤੁਹਾਡੇ ਛੇਤਰ ਫੇਰ ਕੇ ਤੁਹਾਨੂੰ ਜੇਲ੍ਹ ਛੱਡ ਦਿੱਤਾ, ਭਲਾ ਹੋਵੇ ਹੈ ਤਾਂ ਉਹਨਾਂ ਦਾ। ਅਤੇ ਹੁਣ ਜਿਵੇਂ ਪਹਿਲਾਂ ਇੱਥੇ ਹਥਿਆਰ ਚੱਕ ਕੇ ਸੈਂਟਰ ਨਾਲ ਪੰਗਾ ਲੈਂਦੇ ਸੀ ਨਾ ਸਰਕਾਰ ਨਾਲ, ਹੁਣ ਜੇਲ੍ਹ ਵਿੱਚ ਵੀ ਲਓ। ਸ਼ਬਦ ਕੌਣ ਵਰਤਦਾ ਸੀ 1.25 ਲੱਖ ਸੇਕ ਲੜਾਉਂ, ਕੌਣ ਵਰਤਦਾ ਸੀ, ਤੁਸੀਂ ਤਾਂ ਦੱਸ ਹੋ। ਜੇਲ੍ਹ ਵਿੱਚ ਤਾਂ 10 ਲੱਖ ਆਰਮੀ ਹੈ ਨਹੀਂ, ਨਾ ਪੁਲਿਸ ਹੈ, ਨਾ 10 ਲੱਖ ਕੈਦੀ ਹੈ, ਤੁਸੀਂ ਤਾਂ ਦੱਸ ਹੋ। ਉੱਥੇ ਇੱਕ ਜਣੇ ਨੂੰ ਲੱਖ ਹੀ ਆਉਂਦਾ, ਲੜੋ ਹੁਣ। ਕੋਈ ਲੋਕਾਂ ਨੂੰ ਬੇਕੂ ਬਣਾਇਆ ਸੀ 1.25 ਲੱਖ ਸੇਕ ਲੜਾਉਂ, ਤੁਸੀਂ ਤਾਂ 10-11 ਹੈਗੇ ਹੋ ਭਰਾਵੋ, ਹੈਗੇ ਨਹੀਂ 10-11 ਹੈਗੇ ਹੋ, ਅਤੇ ਫਿਰ ਇਕੱਲੇ ਨੂੰ 1,000-1,000 ਨਾਲ ਮੱਥਾ ਲਾ ਲਓ, 500 ਨਾਲ ਮੱਥਾ ਲਾ ਲਓ, ਲੱਖ ਦੀ ਗੱਲ ਤਾਂ ਛੱਡੋ। ਹੁਣ ਅਗਲੇ ਨੇ ਬੰਦੇ ਦੇ ਪੁੱਤ ਬਣਾ ਕੇ ਜੇਲ੍ਹ ਵਿੱਚ ਬੰਦ ਕੀਤਾ ਪਿਆ, ਹੁਣ ਕਰੀ ਚੱਲੋ ਫੋਨ, ਕੋਈ ਮਾਂ ਨੂੰ ਫੋਨ ਕਰਦਾ, ਕੋਈ ਘਰਵਾਲੀ ਨੂੰ ਫੋਨ ਕਰਦਾ, ਕੋਈ ਕਿਸੇ ਨੂੰ ਫੋਨ ਕਰਦਾ, ਹੁਣ ਅਸੀਂ ਭੁੱਖ ਹੜਤਾਲ ਕਰਦੀ। ਤੁਸੀਂ ਉਹ ਸੂਰਮੇ ਨਹੀਂ ਹੈਗੇ ਜਿਵੇਂ ਤੁਹਾਨੂੰ ਸਾਡੇ ਪੰਜਾਬ ਦੇ ਭੇਡਾਂ ਨੇ ਸਿਰ 'ਤੇ ਬਹਾਤਾ ਸੀ, ਤੁਹਾਡੇ ਵਿੱਚ ਕੱਢਣ ਪਾਉਣ ਨੂੰ ਕੁਛ ਨਹੀਂ। ਹੁਣ ਗਾਂਧੀਗਿਰੀ ਕਿਵੇਂ ਜਾ ਵੀ ਸਮਝ ਨਹੀਂ ਆਉਂਦੀ, ਕਿ ਛਿੱਤਰ ਪੈਂਦੇ ਆ ਰੋਜ਼। ਹੁਣ ਮੈਂ ਲੱਗਦਾ ਗਾਂਧੀ ਵਾਲਾ ਚਰਖਾ ਵੀ ਮੰਗਾਉਂਗੇ, ਵੀ ਕੱਤਿਆ ਕਰਨਾ ਅਸੀਂ ਬੱਕਰੀ ਵੀ ਮੰਗਾਉਂਗੇ, ਮੈਨੂੰ ਲੱਗਦਾ ਦੁੱਧ ਪੀਆ ਕਰਾਂਗੇ ਬੱਕਰੀ ਦਾ। ਸ਼ਰਮ ਕਰੋ ਮਾੜੀ ਮੋਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।